ਨਾਲ ਪ੍ਰਵੇਸ਼ ਲਈ ਦਾ ਕਹਿਣਾ ਕਿ ਰਾਣਾ ਸੁਨਾਲਾ ਅੰਬ ਚੂਪਦਾ ਰਹਿ ਗਿਆ ਸੀ ਇਹਨਾਂ ਨੇ ਐਸੀ ਸਿਆਸਤ ਕੀਤੀ ਹੈ ਲੋਕਾਂ ਨੂੰ ਪੁੱਛਨੇ ਆ ਠੀਕ ਕਹਿ ਰਿਹਾ ਗਲਤ ਕਹਿ ਰਿਹਾ ਤੁਹਾਡੀ ਕੋਈ ਗੱਲ ਹੈ ਤੁਸੀਂ ਸਾਡੇ ਕਮੈਂਟਸ ਕਰ ਦਿਓ ਅੰਬ ਤੇ ਉਹ ਇਕੱਲੇ ਨੇ ਕੀ ਚੂਪਣਾ ਸੀ ਉਹ ਸਾਰਿਆਂ ਨੂੰ ਨਹੀਂ ਪਤਾ ਲੱਗਾ ਕਿ ਕੀ ਚੂਪਦੇ ਰਹਿ ਗਏ ਨੇ ਅੰਬ ਤੇ ਫੇਰ ਅੰਬ ਹੀ ਇਹੋ ਹੀ ਸਿਆਸਤ ਖੇਡੀ ਵੇਲ ਲੋਪੋ ਆਵਾਮ ਵਾਚ ਨਹੀਂ ਅੰਬ ਛੜਿਆ ਆਪ ਖਾ ਗਏ ਨੇ ਸਾਰਾ ਕੁਝ ਐਸੇ ਜ਼ਰੀਲੇ ਪਾਏ ਗਏ ਨੇ ਓਏ ਓਏ ਬਾਂਦਰ ਦੇ ਮੁੱਛਾਂ ਵਾਲਾ ਸਰਦੀ ਚ ਕਿਹੜੇ ਅੰਬ ਚੁਪਵਾ ਦਿੱਤੇ ਤੈਨੂੰ ਕਹਿੰਦੇ ਨੇ ਮੈਂ ਅੰਬ ਚੁਪਣ ਲਈ ਗਈ ਬਾਗ ਚ ਫੜੀ ਗਈ ਅ 3 ਮਹੀਨੇ ਬਾਅਦ ਇਲੈਕਸ਼ਨ ਹੋਣੇ ਨੇ ਮੈਂ ਕਹਿੰਦਾ ਸਾਰੇ ਅੰਬਾਰ ਆ ਜਾਣੇ ਨੇ ਅੰਬ ਤੇ ਰਾਣਾ ਨੇ ਵੀ ਚੁਪ ਲਿਆ ਤਾਂ ਅੰਬ ਪਰਵੇਲਾ ਹੀ ਨੇ ਚੁਪ ਲਿਆ ਜਿਹੜਾ ਇਹਨਾਂ ਦਾ ਸਾਰਿਆਂ ਦਾ ਹੈੱਡ ਨੇ ਡਾਕਟਰ ਇਮਰਾਨ ਖਾਨ ਨਿਆਜ਼ੀ ਅੰਬ ਸਾਰਿਆਂ ਨੂੰ ਉਹ ਚੁਪਵਾ ਗਏ ਪੜੇ ਲਿਖੇ ਕੋਈ ਨਹੀਂ ਜੇ ਅੱਜ ਤੱਕ ਤੁਸੀਂ ਖੋਦੀ ਸਕੂਲ ਨਹੀਂ ਗਏ ਤਾਂ ਤੁਹਾਨੂੰ ਵਜ਼ੀਰ ਬਣਾ ਦਿੱਤਾ ਗਿਆ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਣਾ ਹੈ ਕਿ ਵੀ ਅੰਬ ਚੁਪਦਾ ਰਹਿ ਗਿਆ ਤੇ ਕੀ ਕਰਦਾ ਰਹਿ ਗਿਆ ਰਾਣਾ ਸਨਾਉ ਲੈਣੀ ਪੂਰੀ ਪਾਰਟੀ ਅੰਬ ਚੁਪਦੀ ਰਹਿ ਗਈ ਹੈ ਉਹਨੂੰ ਪਤਾ ਹੀ ਨਹੀਂ ਕਿ ਉਹ ਕਰ ਕੀ ਰਿਹਾ ਉਹਦਾ ਨਾ ਅੰਬ ਲੱਗਾ ਨਾ ਗੁੱਡਲੀ ਰਾਣਾ ਸਨਾਉ ਲਾਲੇ ਹੱਥ ਦੋਵੇਂ ਸ਼ੈਵਾਂ ਨਹੀਂ ਲੱਗੀਆਂ ਮੂੰਹ ਵੇਖਦਾ ਰਹਿ ਗਿਆ ਅੰਬ ਹੀ ਚੁਪ ਰਹੀ ਅੱਗੇ ਕੋਈ ਨਾਹੇ ਲੈ ਬੰਦੇ ਹੀ ਨੇ ਤੇ ਪਾਰਟੀ ਸਮਝੋ ਬਗੌੜੀ ਹੈ अस्सलाम वालेकुम नाज़रीन मैं हूं आपका भाई आपका दोस्त और आपका वही फनी सा हौज लाहौरी जानू नाज़रीन प्रवेश लई दा कहना कि राणा सुनाला अंब चूपदा रह गया सी इहनां ने ऐसी सियासत कीती है लोगों ने पूछने आ ठीक कह रहा गलत कह रहा तुहाडी कोई गल है तुसीं जल्दी कमेंट्स कर दिओ आइओ मेरे नाल अस्सलाम वालेकुम वालेकुम सर की हाल है शुक्र अल्लाह दा प्रवेश लई कह रहा है कि राणा सुनाला अंब चूपदा रह गया नु कुछ भी नहीं पता लगा सही कह रहा गलत कह रहा भाई अंब ते ओ कल्ले ने की चूपना सी ओ सारेयां नु नहीं पता लगा कि की चूपदे रह गए ने अंब ते फिर अंब ही ओ सारेयां ने चूपे ने उहनां नु पता ही नहीं लगा किन्ने किन्ने चूप लिया एहो ही सियासत खेडी है वेख लवो ਉਹ ਰਾਣਾ ਸਰਾਵਲਾ ਨੇ ਕਿਹੜੀ ਇਕੱਲੇ ਨੇ ਚੂਪਣਾ ਸੀ ਉਹ ਪੂਰੀ ਪਾਰਟੀ ਨੇ ਚੂਪਿਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿਹੜੀ ਕਿਹੜੀ ਨਸਲ ਦਾ ਚੂਪ ਗਏ ਨੇ ਇਹ ਨਹੀਂ ਪਤਾ ਕਿਹੜੀ ਕਿਹੜੀ ਨਸਲ ਦਾ ਚੂਪ ਗਏ ਨੇ ਲੰਗੜਾ ਆ ਕੇ ਲਟੋਰ ਸਾਰੇ ਚੂਪ ਗਏ ਨੇ ਆਪ ਹੀ ਸਾਰੇ ਅੰਬ ਚੂਪ ਚੂਪ ਗਏ ਨੇ ਇਹਨਾਂ ਨੇ ਅੰਬ ਛੱਡੇ ਹੀ ਨਹੀਂ ਹੁਣ ਆਵਾਮ ਵਾਚ ਨਹੀਂ ਅੰਬ ਛੱਡਿਆ ਆਪ ਖਾ ਗਏ ਨੇ ਸਾਰਾ ਕੁਝ ਐਸੇ ਜ਼ਰੀਲੇ ਪਾਏ ਗਏ ਨੇ ਓਏ ਓਏ ਬਾਂਦਰ ਦੇ ਮੁੱਛਾਂ ਵਾਲਾ ਯਕੀਨ ਕਰ ਉਹ ਕਹਿੰਦਾ ਕਿ ਸਰਦੀ ਚ ਕਿਹੜੇ ਅੰਬ ਚੁਪਵਾ ਦਿੱਤੇ ਤੈਨੂੰ ਕਹਿੰਦਾ ਮੈਂ ਅੰਬ ਚੁਪਣ ਲਈ ਗਈ ਬਾਗ ਚ ਫੜੀ ਗਈ ਮੈਂਗੋਸ ਤੈਨੂੰ ਉਹ ਅੰਬ ਚੁਪਵਾਏ ਨੇ ਜਿਹੜੇ ਤੂੰ ਅੱਜ ਤੱਕ ਵੇਖੇ ਨਹੀਂ ਹੋਣੇ ਤੂੰ ਕਹਿੰਦਾ ਓਏ ਆ ਵੀ ਅੰਬ ਹੈ ਆ ਤਾਂ ਥੋੜਾ ਸਖਤ ਅੰਬ ਹੈਗਾ ਆ ਥੋੜਾ ਜਿਹਾ ਨੋਰਮਲ ਹੈਗਾ ਬਸ ਆ ਠੀਕ ਹੈ ਉਹ ਤੂੰ 4-5 ਦੇ ਸੰਮਲੀ 'ਚ ਬੈਠਾ ਰਹੀ ਹੈ ਤੇਰੇ ਮੈਂ ਨੱਕ ਤਲੋਂ ਐਸਾ ਤੇਰੀ ਦੋਨ ਲਈ ਹੈ ਆਹਾ ਮਜ਼ਾ ਹੀ ਆ ਗਈ ਹੈਗਾ ਜੀਓ ਪਰਵੇਜ਼ ਲਈ ਬਾਕੀ ਲਵ ਯੂ ਇਮਰਾਨ ਖਾਨ ਤੇਰੀ ਕੀ ਹੀ ਬਾਤ ਹੈ ਇਮਰਾਨ ਖਾਨ ਨੇ ਬਾਬਾ ਜੀ ਸਰਦੀਆਂ 'ਚ ਅੰਬ ਤੁਸੀਂ ਬਾਬਾ ਜੀ ਕਿ ਸੁਤੋ ਸੁਣਾਏਗਾ ਸਰਦੀਆਂ 'ਚ ਅੰਬ ਚੁਪਵਾ ਦਿੱਤੇ ਨੇ ਸਰਦੀਆਂ 'ਚ ਹਾਲਾਂਕਿ ਸਰਦੀਆਂ 'ਚ ਅੰਬ ਵੀ ਪੈਦਾ ਨਹੀਂ ਹੁੰਦਾ ਉਹ ਐਸਾ ਬੰਦਾ ਪਾਇਆ ਕਿ ਨੂ ਲੀਗ ਨੂੰ ਸਰਦੀਆਂ 'ਚ ਅੰਬ ਚੁਪਵਾ ਰਿਹਾ ਉਹ ਕਿਹੜੇ ਅੰਬ ਚੂਪ ਰਿਹਾ ਜੇ ਸਾਨੂੰ ਵੀ ਵਿਖਾਓ ਕੁਝ ਆ 3 ਮਹੀਨੇ ਬਾਅਦ ਇਲੈਕਸ਼ਨ ਹੋਣੇ ਨੇ ਮੈਂ ਕਹਿੰਦਾ ਸਾਰੇ ਅੰਬਾਰ ਆ ਜਾਣ ਅੰਬ ਤੇ ਰਾਣਾ ਨੇ ਵੀ ਚੂਪ ਲਿਆ ਤਾਂ ਅੰਬ ਪਰਵੇਲਾ ਹੀ ਨੇ ਚੂਪ ਲਿਆ ਜਿਹੜਾ ਇਹਨਾਂ ਦਾ ਸਾਰਿਆਂ ਦਾ ਹੈੱਡ ਨੇ ਡਾਕਟਰ ਇਮਰਾਨ ਖਾਨ ਨਿਆਜ਼ੀ ਅੰਬ ਸਾਰਿਆਂ ਨੂੰ ਉਹ ਚੁਪਵਾ ਗਏ ਉਹ ਇਹਨਾਂ ਦੇ ਜਿਹੜੇ ਬਿਗ ਬੌਸ ਹੈ ਨਾ ਉਹਨੇ ਸਾਰਿਆਂ ਨੂੰ ਅੰਬ ਚੁਪਵਾ ਦਿੱਤੇ ਉਹਦਾ ਨਾਮ ਇਮਰਾਨ ਖਾਨ ਨਿਆਜ਼ੀ ਡਾਕਟਰ ਇਮਰਾਨ ਖਾਨ ਨਿਆਜ਼ੀ ਇਹ ਉਹ ਡਾਕਟਰ ਦੁਨੀਆ ਤੇ ਆਇਆ ਜਦੋਂ ਇਕਤਦਾਰ ਤੇ ਆਂਦਾ ਕੋਈ ਸੋਟੀ ਫੜ ਲੈਂਦਾ ਕੋਈ ਲੰਗੜਾ ਪਾ ਲੈਂਦਾ ਕੋਈ ਢਿੱਡ ਫੜ ਲੈਂਦਾ ਕੋਈ ਬਾਹਰ ਦੇ ਮੁਲਕ ਦੱਸ ਜਾਂਦਾ ਇਹ ਅੱਲਾ ਨੇ ਐਸਾ ਡਾਕਟਰ ਪਾਕਿਸਤਾਨ 'ਚ ਭੇਜ ਦਿੱਤਾ ਹੈ ਭਾਜੀ ਪਰਵੇਜ਼ ਲਈ ਜੰਮਿਆ ਹੀ ਨਹੀਂ ਇਮਰਾਨ ਖਾਨ ਪਿਓਰ ਇਮਾਨਦਾਰ ਸੱਚਾ ਤੇ ਸਿਆਸਤਦਾਨ ਬੰਦਾ ਹੈਗਾ ਜ਼ਰਦਾਰੀ ਰਾਣਾ ਸਨਾਉਲਾ ਉਹਨੇ ਇਹਨਾਂ ਵਰਗਿਆਂ ਨੂੰ ਖੜਾਤਾ ਤੇ ਖੜਾ ਕੇ ਖੀਸੇ ਪਾ ਕੇ ਰਗੜ ਦਿੱਤਾ ਕਿਉਂਕਿ ਆਵਾਮ ਉਹਦੇ ਨਾਲ ਹੈ ਉਹ ਰਾਣਾ ਬੜਾ ਕੁਝ ਚੂਸਦਾ ਜੇ ਯਾਰ ਉਹ ਦੇਖੋ ਉਹਨੇ ਕੀਤਾ ਕੀ ਉਹ ਤੁਹਾਡੇ ਸੋਚਾਂ ਦੇ ਵਿੱਚ ਵੀ ਨਹੀਂ ਸੀ ਆਇਆ ਕਦੀ ਜ਼ਿੰਦਗੀ ਦੇ ਵਿੱਚ ਤੁਸੀਂ ਸਿਆਸਤ ਨਹੀਂ ਕੀਤੀ ਹੋਣੀ ਜਿਸ ਤਰ੍ਹਾਂ ਦੀ ਸਿਆਸਤ ਉਹ ਬੰਦਾ ਕਰਨ ਦਿਆ ਤੁਹਾਡੇ ਖਾਬਾਂ 'ਚ ਵੀ ਨਹੀਂ ਹੋਣੀ ਕਿਉਂਕਿ ਤੁਸੀਂ ਚਪਰਾਸੀ ਜੇ ਪੜ੍ਹੇ ਲਿਖੇ ਕੋਈ ਨਹੀਂ ਜੇ ਅੱਜ ਤੱਕ ਤੁਸੀਂ ਖੋਦੀ ਸਕੂਲ ਨਹੀਂ ਗਏ ਤਾਂ ਤੁਹਾਨੂੰ ਵਜ਼ੀਰ ਬਣਾ ਦਿੱਤਾ ਗਿਆ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਣਾ ਕਿ ਵੀ ਅੰਬ ਚੂਪਦਾ ਰਹਿ ਗਿਆ ਤੇ ਕੀ ਕਰਦਾ ਰਹਿ ਗਿਆ ਅੰਬ ਨਹੀਂ ਪਤਾ ਨਹੀਂ ਕੀ ਚੂਪਦੇ ਰਹਿ ਗਏ ਨੇ ਅੰਬ ਦੀ ਤਾਂ ਬਦੂਰ ਦੀ ਗੱਲ ਹੈਗੀ ਪਤਾ ਨਹੀਂ ਕੀ ਚੂਪਣਦੇ ਨੇ ਤੇ ਫਿਰ ਪਿੱਛੇ ਵੀ ਫਿਰ ਚੂਪ ਕੇ ਆਏ ਸੀ ਫਿਰ ਉਹ ਜਦੋਂ ਚੁਪਾਉਂਦੇ ਨੇ ਤੇ ਫਿਰ ਲੱਤ ਜਾਂਦੇ ਨੇ ਥੱਲੇ ਚੁਪਤਾ ਰਹੇ ਤੂੰ ਸਭ ਸਿਆਸੀ ਲਖਲ ਪਰਵੇਜ਼ ਲਈ ਵੀ ਚੁਪਤਾ ਰਹੇਗੀ ਇਸ ਵਿੱਚ ਕੋਈ ਸ਼ੱਕ ਨਹੀਂ ਇਹ ਤੂੰ ਸਭ ਪਰਾਡੇ ਆਪਣੇ ਲਈ ਕੰਮ ਕਰਦੇ ਕਿਸੇ ਦਾ ਗਰੀਬ ਦਾ ਕਿਸੇ ਦਾ ਪਰਵਾਹ ਨਹੀਂ ਕਰਦੇ ਸਿਆਰਾ ਸਿਆਸਤ ਦਾ ਇਹ ਸਾਰ ਜੋ ਦੁਕਾਬਾਜ਼ ਹੈ ਸਰਾਣਾ ਸਨਾਉ ਲੈਣੀ ਪੂਰੀ ਪਾਰਟੀ ਅੰਬ ਚੁਪਦੀ ਰਹਿ ਗਈ ਹੈ ਉਹਨੂੰ ਪਤਾ ਹੀ ਨਹੀਂ ਕਿ ਉਹ ਕਰ ਕੀ ਰਿਹਾ ਮੈਂ ਸਿੱਧੀ ਬਾਤ ਤਾਂ ਜੋ ਇਹ ਆ ਰਹੇ ਨਾ ਸਲਾਉ ਲਾਈਨ ਕੇ ਸਾਥ ਸਾਜਨ ਕੇ ਮਸ਼ੀਰ ਹੈ ਸਾਰੇ ਨੂੰ ਕੁਝ ਨਹੀਂ ਆਤਾ ਇਸੇ ਬਾਤੇ ਕਰਨੇ ਜੋਗੇ ਪਰਵੇਜ਼ ਲਈ ਹੋ ਗਿਆ ਪੁਰਾਣੇ ਜੋ ਪਾਪੀ ਹੈ ਨਾ ਹਕੂਮਤ ਕੇ ਜਿਨ੍ਹਾਂ ਨੇ ਆਪਣਾ ਸਭ ਕੁਝ ਵੇਚ ਵੀ ਲਿਆ ਸਭ ਕੁਝ ਬਣਾ ਵੀ ਲਿਆ ਇਹ ਪਤਾ ਨਹੀਂ ਕੋ ਕਿਆ ਕੁਝ ਕਰ ਰਹੇ ਵੇਚ ਕੇ ਖਾ ਜਾਏਗੇ ਇਨਕੋ ਜਦੋਂ ਐਵੇਂ ਬਾਤ ਇਹ ਕਰ ਲੈਂਗੇ ਉਹ ਕਰ ਲੈਂਗੇ ਫਲਾਂ ਕਰ ਢੰਗੇ ਇਨਸਾ ਹੋਣਾ ਕੁਝ ਵੀ ਨਹੀਂ ਹੈ ਮੈਂ ਕਹਿੰਦਾ ਅੰਬ ਨਹੀਂ ਬਹੁਤ ਕੁਝ ਪਾ ਦੇਵਾਂਗਾ ਇਹਨਾਂ ਨੂੰ ਟੈਨਸ਼ਨ ਨਾ ਲਓ ਸਰ ਉਹ ਤਾਂ ਸਹੀ ਕਹਿ ਰਿਹਾ ਰਾਣਾ ਸੁਨਾਮਰਾ ਵੇਖਦਾ ਰਹਿ ਗਿਆ ਜੋ ਲੈ ਗਏ ਨੇ ਚੁੱਪ ਕਰਕੇ ਆਰਾਮ ਨਾਲ ਉਹਦੇ ਨਾ ਅੰਬ ਲੱਗਾ ਨਾ ਗੁੱਡਲੀ ਰਾਣਾ ਸੁਨਾਮਰਾ ਦੇ ਹੱਥ ਦੋਵੇਂ ਸ਼ੈਵਾਂ ਨਹੀਂ ਲੱਗੀਆਂ ਮੂੰਹ ਵੇਖਦਾ ਰਹਿ ਗਿਆ ਅੰਬ ਹੀ ਚੁੱਪ ਰਹੀ ਅੱਗੇ ਕੋਈ ਨਾਹੇ ਲੈ ਬੰਦੇ ਹੀ ਨੇ ਸ਼ਬਾਸ਼ ਸ਼ਰੀਫ ਨੂੰ ਬਿਮਾਰੀ ਤੋਂ ਇਲਾਵਾ ਕੋਈ ਆਪਣਾ ਪਤਾ ਕੁਛ ਨਹੀਂ ਉਹ ਸੰਭਾਲਣ ਵਾਲਾ ਨਹੀਂ ਗਾ ਤੇ ਨਵਾਸ਼ੀ ਵੀ ਗਾ ਆਲ ਇਨ ਆਲ ਤੇ ਨਵਾਸ਼ੀ ਖੁਦ ਆਂਦਾ ਨਹੀਂ ਇੱਥੇ ਤੇ ਪਾਰਟੀ ਸਮਝ ਬਗੌੜੀ ਹੈ ਜਿੱਦਾਂ ਵੀਡੀਓ ਸੀ ਲੱਗੀ ਤੇ ਲਾਈਕ ਕਰੋ ਸ਼ੇਅਰ ਕਰੋ ਫਿਰ ਮਿਲਾਂ ਕਿਸੇ ਹੋਰ ਸੇ ਚ ਲੜ ਜਾਣ ਦੇ ਜਲਦ ਅੱਲਾ ਨਿਗਹਿਬਾਨ